ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਹੀ ਸਤਕਾਰਯੋਗ ਕਿਸਾਨ ਵੀਰ ਭੈਣਾਂ ਭਰਾਵਾਂ ਨੂੰ ਜੀ ਤੇ ਪ੍ਰਭੂ ਅੱਜ ਪਹੁੰਚੇ ਆ ਪਿੰਡ ਸਰਦੂਲੇ ਵਾਲਾ ਜ਼ਿਲ੍ਹਾ ਮਾਨਸਾ ਜਿਹੜਾ ਸਰਦੂਲੇ ਵਾਲਾ ਪਿੰਡ ਆ ਇਹ ਸਰਦੂਲਗੜ ਦੇ ਨਾਲ ਲੱਗਦਾਗਾ ਤੇ ਖੱਗਰ ਦਰਿਆ ਦੇ ਇਹ ਕਿਨਾਰੇ ਤੇ ਬਸਿਆ ਹੋਇਆ ਪਿੰਡ ਹੈ ਤੇ ਵੀਰ ਇੱਥੇ ਕਰ ਰਿਹਾ ਪਿਆਜ਼ ਦੀ ਪਨੀਰੀ ਦੀ ਬਜਾਈ 15 10 2023 ਭਰਾਵੋ ਅੱਜ ਮਿਤੀ ਐ ਤੇ ਸੋਡੀ ਕਰਾਉਣੇ ਆ ਵੀਰਾਂ ਨਾਲ ਜਾਣ ਪਹਿਚਾਨ ਤੇ ਗੱਲਾਂ ਬਾਤਾਂ ਸੱਤੂ ਕਿਸਾਨ ਵੀਰ ਛਿੜਕ ਰਿਹਾ ਪਿਆਜ਼ ਸੱਤੂ ਵੀਰੇ ਵੈਰਾਈਟੀ ਕਿਹੜੀ ਹੈ ਬਾਈ ਇਹ ਇਹ ਪੁਰਖਾ ਤੋਂ ਚੱਲਿਆ ਆ ਰਿਹਾ ਸਾਡਾ ਘਰ ਦਾ ਦੇਸੀ ਵੀ ਆ ਜੀ ਇਹਦਾ ਨਾਮ ਦਿੱਤਾ ਵੀ ਪੰਜਾਬ ਨਰੋਆ ਜੀ ਪੰਜਾਬ ਨਰੋਆ ਵੀ ਸੱਤੂ ਦੱਸ ਰਿਹਾਗਾ ਪਰਾਣੇ ਬਜ਼ੁਰਗਾਂ ਤੋਂ ਚੱਲਿਆ ਆ ਰਿਹਾ ਇਹ ਬੀਜ ਦੇਸੀ ਕਿਉਂਕਿ ਸਰਦੂਲੇ ਵਾਲਾ ਪਿਆਜ਼ ਦੀ ਪਨੀਰੀ ਦੇ ਵਿੱਚ ਬਹੁਤ ਮਸ਼ਹੂਰ ਪਿੰਡ ਹੈ ਗਾੜ ਮੰਨਿਆ ਗਿਆ ਇੱਥੋਂ ਦੂਰ ਦੂਰ ਤੱਕ ਪਿਆਜ਼ ਪਹੁੰਚਦਾ ਤੇ ਵਧੀਆ ਵੈਰਾਈਟੀ ਬੀਜ ਦੇ ਨੇ ਇਹ ਕੋਈ ਨਸਾਰੂ ਬੀਜ ਨਹੀਂ ਹੁੰਦਾ ਛੋਡੇ ਗੰਡੇ ਵਧੀਆ ਬਣਦੇ ਆ ਕਿਉਂਕਿ ਹਰ ਰੋਜ਼ ਘਰ 'ਚ ਜ਼ਰੂਰਤ ਹੁੰਦੀ ਆ ਪਿਆਜ਼ ਦੀ ਤੇ ਤੁਸੀਂ ਵੀਰ ਨਾਲ ਸੰਪਰਕ ਕਰਕੇ ਪਿਆਜ਼ ਲਿਜਾ ਸਕਦੇ ਹੋ ਪਿਆਜ਼ ਦੀ ਪਨੀਰੀ ਲਿਜਾ ਸਕਦੇ ਹੋ ਡੇਢ ਦੋ ਮਹੀਨਿਆਂ ਦੇ ਵਿੱਚ ਇਹ ਪਨੀਰੀ ਤਿਆਰ ਹੋ ਜਾਣੀ ਹੈ ਸਤੂ ਨੰਬਰ ਬੋਲੀ ਵੀਰੇ 7696833431 7696833431 ਤੁਸੀਂ ਵੀਰ ਨਾਲ ਸੰਪਰਕ ਕਰਕੇ ਜੇ ਤੁਹਾਨੂੰ ਪਿਆਜ਼ ਦੇ ਬੀਜ ਦੀ ਜ਼ਰੂਰਤ ਹੋਵੇ ਦੇਸੀ ਦੀ ਪਿਆਜ਼ ਦਾ ਬੀਜ ਵੀ ਖਰੀਦ ਸਕਦੇ ਹੋ ਤੇ ਪਿਆਜ਼ ਦੀ ਪਨੀਰੀ ਵੀ ਲਿਜਾ ਸਕਦੇ ਹੋ ਇਹਦੀ ਖਾਸੀਅਤ ਕਾਲੇ ਇਹੀ ਆ ਵੀ ਬੀਜ ਦੀ ਗੁਪਿਆਰ ਦੀ ਵੀ ਇਹ ਮਿੱਠਾ ਜੀ ਵੀ ਮਿੱਠਾ ਬਹੁਤ ਜ਼ਿਆਦਾ ਆ ਜਦੋਂ ਮਾਲਾ ਸਾਨੂੰ ਪੰਜਾਬੀ ਚ ਧਾਨ ਦੇਣਾ ਆਪਾਂ ਤੜਕੇ ਨੂੰ ਗੁੜੀਆਂ ਚੀਰਦੀਆਂ ਜਿਹੜਾ ਆਪਣਾ ਨਾਸਕਾ ਵਾਲਾ ਹੁੰਦਾ ਅੱਖਾਂ ਚੋਂ ਪਾਣੀ ਛੱਡ ਦਿੰਦਾ ਠੀਕ ਐ ਇਹ ਮਿੱਠਾ ਜੀ ਮਿੱਠਾ ਤੇ ਵੀ ਦੱਸਦੇ ਵੀਰਾਂ ਨੂੰ ਵੀ ਤੁਸੀਂ ਮਰਲੇ ਦਾ ਕਿੰਨਾ ਬੀਜ ਪਾਇਆ ਇਹ ਮਰਲੇ ਦਾ 400 ਗ੍ਰਾਮ ਪਾਇਆ ਬਾਈ ਮਰਲੇ ਦਾ 400 ਗ੍ਰਾਮ ਬੀਜ ਪਾਇਆ ਕਨਾਲ ਦਾ ਹਾਂ ਜੇ ਖੇਲੂ ਬਗੀਚੀ ਕਰਾਉਣੀ ਫੜਿਆਉਣੀ ਆ ਤਾਂ 350 ਗ੍ਰਾਮ ਵੀ ਪਾ ਸਕਦਾ ਅੱਛਾ ਤੇ ਕਨਾਲ ਦਾ ਕਿੰਨਾ ਇਹ 8 ਕਿਲੋ ਪਾਉਣੇ 8 ਕਿਲੋ ਕਨਾਲ ਦਾ ਹੋ ਗਿਆ ਹ 8 ਕਿਲੋ ਕਨਾਲ ਦਾ ਬੀਜ ਪੈਂਦਾ ਇਹ ਤੇ ਭਰਾ ਮਣਿਆ ਸਾਰੀਆਂ ਕਿਆਰੀਆਂ ਬਣਾਤੀਆਂ ਜਿਵੇਂ ਇਹ ਮਿੰਕੇ ਬਣਾਈਆਂ ਨੇ ਹਨਾ ਹਾਂਜੀ ਹਾਂ ਹਾਂ ਤੇ ਮਰਲੇ ਮਰਲੇ ਦੀਆਂ ਕਿਆਰੀਆਂ ਮਰਲੇ ਮਰਲੇ ਦੀਆਂ ਕਿਆਰੀਆਂ ਨੇ ਉਸ ਹਸਾਬ ਦੇ ਵਿੱਚ ਕਿਆਰੀਆਂ ਦੇ ਵਿੱਚ ਬੀਜ ਛਿੜਕਿਆ ਹੋਇਆਗਾ ਆ ਕਾਣਸ ਨੂੰ ਦਿਖਾ ਦਈਏ ਕਾਣ ਕਹਿ ਦਿੰਨੇ ਆਂ ਅਸੀਂ ਤੇ ਉਦੋਂ ਬਾਅਦ ਇਹਦੇ ਵਿੱਚ ਆ ਚੱਲ ਰਹੀ ਐ ਤੰਗਲੀ ਕਾਣ ਛੜਕ ਕੇ ਤੰਗਲੀ ਚੱਲ ਰਹੀ ਐ ਉੱਪਰ ਇਹਦੇ ਪੈ ਜਾਣੀਆਂ ਕਿ ਸਵਾਹ ਉਦੋਂ ਬਾਅਦ ਲੱਗ ਜਾਣਾਗਾ ਪਾਣੀ ਤੇ ਫਿਰ ਪਨੀਰੀ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣੀ ਉਗਦੀ ਹੈ ਕਿੰਨੇ ਚਰਚਵੀਰ ਜੀ ਤਿਆਰ ਹੋ ਜਾਂਦੀ ਹੈ 2 ਮਹੀਨਿਆਂ ਦੇ ਵਿੱਚ 2 ਮਹੀਨਿਆਂ ਦੇ ਵਿੱਚ ਬਹੁਤ ਵਧੀਆ ਤਿਆਰ ਹੋ ਜਾਂਦੀ ਹੈ ਨਾ ਤੇ ਬਾਕੀ ਭਰਾਵੋ ਇੱਥੋਂ ਚਾਰੇ ਦਿਸ਼ਾਵਾਂ ਤੋਂ ਬੱਸਾਂ ਆਉਂਦੀਆਂ ਨੇ ਚਰਾਸਤਾ ਪੈਂਦਾਗਾ ਸਰਦੂਲੇ ਵਾਲੇ ਧਰੋ ਕਾਲੇ ਵਾਲੀ ਵੱਲੋਂ ਉਧਰ ਸਰਸਾ ਮਾਨਸਾ ਚੰਡੀਗੜ੍ਹ ਤੇ ਹਰ ਪਾਸੇ ਤੋਂ ਬੱਸ ਆਉਂਦੀ ਹੈ ਤੇ ਤੁਸੀਂ ਆਪਦੇ ਸਾਧਨ ਤੇ ਵੀ ਪਨੀਰੀ ਲਿਜਾ ਸਕਦੇ ਹੋ ਬਾਕੀ ਬਾਈ ਨੇ ਦੱਸਤਾ ਸੰਪਰਕ ਨੰਬਰ ਸਾਰਾ ਕੁਝ ਸਮਪਾਰਕ ਕਰਕੇ ਤੁਸੀਂ ਪਨੀਰੀ ਪਿਆਜ਼ ਦੀ ਲਿਜਾ ਸਕਦੇ ਹੋ ਜਿਸ ਵੀ ਵੀਰ ਨੂੰ ਜ਼ਰੂਰਤ ਹੋਵੇ ਜੇ ਤੁਸੀਂ ਘਰੇਲੂ ਬਗੀਚੀ ਲਾਉਣੀ ਆ ਤਾਂ ਘਰੇਲੂ ਵੀ ਲਾ ਸਕਦੇ ਹੋ ਜੇ ਤੁਸੀਂ ਵੱਡੀ ਪੱਧਰ ਤੇ ਪਨੀਰੀਆਂ ਲੈ ਕੇ ਜਾਣੀਆਂ ਨੇ ਤਾਂ ਵੱਡੀ ਪੱਧਰ ਤੇ ਵੀ ਲਿਜਾ ਸਕਦੇ ਹੋ ਕਿੰਨੇ ਏਰੀਆ ਦੇ ਵਿੱਚ ਪਨੀਰੀ ਬੀਜੀ ਅੱਜ ਇਹ ਤਿੰਨ ਕਨਾਲਾਂ ਚ ਬੀਜੀ ਤਿੰਨ ਕਨਾਲਾਂ ਤੇ ਇਸ ਸਰਦੂਲੇ ਵਾਲੇ ਪਿੰਡ ਚ ਹੋਰ ਵੀ ਕਿਸਾਨ ਵੀਰ ਲੱਗਦੀ ਹੈ ਤਰਕੀਬਨ 40 ਏਕੜ ਮੰਗੂ 40 ਏਕੜ 40 ਏਕੜ ਵਾਂਗ ਮੰਨ ਇੱਥੇ ਪਨੀਰੀ ਬੀਜਦੀ ਹੈ ਸਰਦੂਲੇ ਵਾਲੇ ਪਿੰਡ ਦੇ ਵਿੱਚ 40 ਏਕੜ ਬਹੁਤ ਜਿਆਦਾ ਪਨੀਰੀ ਵੇਚਦੀ ਹੈ ਬਹੁਤ ਮਸ਼ਹੂਰ ਆ ਪਨੀਰੀ ਦੇ ਵਿੱਚ ਤੇ ਪਿੰਡ ਇਹ ਮੰਨਿਆ ਗਿਆ ਜਿਸ ਵੀ ਵੀਰ ਨੂੰ ਜ਼ਰੂਰਤ ਹੋਈ ਤੁਸੀਂ ਸੰਪਰਕ ਕਰਕੇ ਭਰਾ ਤੋਂ ਪਨੀਰੀ ਲਿਜਾ ਸਕਦੇ ਹੋ ਅੱਜ ਇਹ ਬਾਜ਼ਾਰਾ ਚੱਲ ਰਿਹਾ ਪ੍ਰਭੂ ਪਨੀਰੀ ਦਾ ਦੇਸੀ ਪਿਆਜ਼ ਆ ਇਹ ਮਿਹਨਤ ਬਹੁਤ ਹੁੰਦੀ ਆ ਗਾਲੇ ਮੰਨ ਲਓਗੀ ਇਹ ਤੇ ਘਰ ਦਾ ਬੀਜੀ ਤਿਆਰ ਕਰਿਆ ਸੀ ਹਨਾ ਘਰ ਦਾ ਕਰਿਆ ਗਾਲੇ ਘਰ ਦਾ ਕਰਦਾ ਬੀਜ ਤਿਆਰ ਕੀਤਾ ਕੋਈ ਹਾਈਬ੍ਰਿਡ ਨਹੀਂ ਕੋਈ ਵਿੱਚ ਭਰਾ ਕਹਿ ਦਿੰਦੇ ਸਾਨੂੰ ਸ਼ਿਕਾਇਤਾਂ ਆਉਂਦੀਆਂ ਨੇ ਗੰਢੇਲ ਨਿਕਲ ਜਾਂਦੇ ਆ ਗੰਡਾ ਖਰਾਬ ਹੋ ਜਾਂਦਾ ਉਹ ਗੱਲ ਤਾਂ ਨਹੀਂ ਹੈਗੀ ਨਾ 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 ਗਾਰੰਟੀ ਦੇ ਮੈਂ ਬਾਈ ਠੀਕ ਹੈ ਤੇ ਜੇ ਆਪ ਰੱਖਦੇ ਆ ਨਾ ਸਾਡੇ ਵੀ ਅਸੀਂ ਲਾਉਣੇ ਵੀ ਆ ਦੇਖ ਵੀ ਸਕਦਾ ਬਾਅਦ ਚ ਹਾਂ 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 ਲਾਉਂਦੇ ਇਹੀ ਬਹੁਤ ਪਟਕੇ ਸੀ ਆਪ ਵੀ ਲਾਵਾਂਗੇ ਆਪ ਵੀ ਲਾਉਣੇ ਹੋ ਇੱਥੇ ਲਾਵਾਂਗੇ ਮਤਲਬ ਦੂਰ ਵੀ ਨਹੀਂ ਲਾਉਂਦੇ ਠੀਕ ਹੈ ਬਾਕੀ ਉਹ ਥੋੜਾ ਜਿਹਾ ਮੌਸਮ ਦਾ ਹੀ ਫਰਕ ਪੈਂਦਾ ਹਣਾ ਮੌਸਮ ਇਹ ਗਰਮੀ ਦੇ ਹਿਸਾਬ ਨਾਲ ਵੀ ਹੁੰਦਾ ਹੈ ਹਾਂ ਗਰਮੀ ਦੇ ਹਿਸਾਬ ਤੇ ਵੀ ਗੰਢੇਲ ਕੱਢ ਹਿੱਟ ਦੇਵੇ ਤਾਂ 1-2 ਧੰਨਵਾਦ ਬਾਈ ਸਤੂ ਤੇ ਭਰਾਵੋ ਹੁਣ ਅਸੀਂ ਛੜਕਦੇ ਆ ਸਵਾਹ ਪਿਆਜ ਦੇ ਕਾਣ ਦੇ ਉੱਪਰ ਫੇਰ ਲਾਵਾਂਗੇ ਪਾਣੀ ਤੇ ਵੀਰਾਂ ਨੇ ਛੋਟੇ ਛੋਟੇ ਸਵਾਹਾਗੀਆਂ ਬਣਾਈਆਂ ਨੇ ਦੇਖੋ ਤੁਸੀਂ ਜਿਹੜੇ ਕੰਪਿਊਟਰ ਕਰਾਹੇ ਵਾਂਗ ਕਿਆਰੀ ਨੂੰ ਪੱਧਰ ਕਰ ਦਿੰਦੀਆਂ ਨੇ ਦੇਸੀ ਤਰੀਕੇ ਨਾਲ ਇਸ ਤਰ੍ਹਾਂ ਸਵਾਹਾਗਾ ਚੱਲਦਾ ਪਹਿਲਾਂ ਕਿਸਾਨ ਭਰਾਵੋ ਕੰਪਿਊਟਰ ਕਰਾਹੇ ਲਵਾਏ ਆ ਇਹ ਤਿੰਨ ਕਨਾਲ ਦੇ ਵਿੱਚ ਤੇ ਹੁਣ ਇਹਨਾਂ ਨੇ ਕਿਆਰੀਆਂ ਬਣਾ ਕੇ ਇਸ ਤਰ੍ਹਾਂ ਵੀ ਕਿਉਂਕਿ ਉੱਚਾ ਨੀਮਾ ਹੋ ਜਾਂਦਾ ਰੇਸਲੇ ਥਾਂ ਕਰਨ ਤੇ ਆ ਸਾਰੇ ਇਹਨਾਂ ਨੇ ਸੰਦ ਬਣਾ ਰੱਖੇ ਆ ਤੇ ਬਹੁਤ ਵਧੀਆ ਜਗਾ ਮਿੱਟੀ ਨੂੰ ਤਿਆਰ ਕਰਕੇ ਫਿਰ ਪਣੀਰੀ ਵੀਜੀ ਜਾਂਦੀ ਹੈ ਤੇ ਬਹੁਤ ਹੀ ਵਧੀਆ ਹੁੰਦੀ ਹੈ ਤੇ ਭਰਾਵੋ ਜਰੂਰ ਸੰਪਰਕ ਕਰਨਾ ਸਸਰੀ ਕਾਲਬਾਈ ਜੀ ਸਾਰੇ ਵੀਰਾਂ ਨੂੰ